ਅੱਜ ਤੁਹਾਨੂੰ ਦੱਸਾਂਗੇ ਟੌਪ ਪੰਜਾਬੀ ਅਪਕਮਿੰਗ ਮੂਵੀਜ਼ ਜੋ ਅਪ੍ਰੈਲ ਤੇ ਮਈ ਮੰਥ ਵਿੱਚ ਰਿਲੀਜ਼ ਹੋਣਗੀਆਂ। ਲਾਸਟ ਮੂਵੀ ਬਾਰੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੋਣਾ, ਪਰ ਵਨ ਸ਼ਾਇਰ ਮੂਵੀ ਇਸ ਫਿਲਮ ਨੂੰ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਲੈ ਕੇ ਆ ਰਹੇ ਨੇ, ਜੋ 19 ਅਪ੍ਰੈਲ ਨੂੰ ਦੇਖਣ ਨੂੰ ਮਿਲੂਗੀ। ਪਰ ਜੋ ਤਬਾਹ ਮੂਵੀ ਇਸ ਫਿਲਮ ਨੂੰ ਪਰਮੀਸ਼ ਵਰਮਾ ਤੇ ਬੇਮਿਕਾ ਗੱਬੀ ਲੈ ਕੇ ਆ ਰਹੇ ਨੇ, ਜੋ ਤੁਹਾਨੂੰ 3 ਮਈ ਨੂੰ ਦੇਖਣ ਨੂੰ ਮਿਲੂਗੀ। ਪਰ 3 ਸ਼ਿੰਦਾ ਨੋ ਪਾਪਾ ਇਸ ਫਿਲਮ ਨੂੰ ਗਿੱਪੀ ਗਰੇਵਾਲ ਤੇ ਸ਼ਿੰਦਾ ਗਰੇਵਾਲ ਲੈ ਕੇ ਆ ਰਹੇ ਨੇ, ਜੋ 10 ਮਈ ਨੂੰ ਰਿਲੀਜ਼ ਹੋਊਗੀ। ਪਰ ਚਾਰਜੇ ਜੱਟ ਵਿਗੜ ਗਿਆ, ਇਸ ਫਿਲਮ ਵਿੱਚ ਮੇਨ ਕਰੈਕਟਰ ਜੈ ਰੰਧਾਵਾ ਤੇ ਦੀਪ ਸਹਿਗਲ ਦੇਖਣ ਨੂੰ ਮਿਲਣਗੇ। ਬਾਕੀ 17 ਮਈ ਨੂੰ ਫਿਲਮ ਰਿਲੀਜ਼ ਹੋਊਗੀ। ਪਰ 5 ਰੋਜ਼ ਰੋਜ਼ੀ ਤੇ ਗੁਲਾਬ ਇਸ ਫਿਲਮ ਨੂੰ ਲੈ ਕੇ ਆ ਰਹੇ ਨੇ ਗੁਰਨਾਮ ਭੁੱਲਰ ਤੇ ਮਾਹੀ ਸ਼ਰਮਾ, ਜੋ ਆਪਾਂ ਨੂੰ 24 ਮਈ ਨੂੰ ਦੇਖਣ ਨੂੰ ਮਿਲੂਗੀ। ਪਰ 6 ਉੱਚਾ ਦਰ ਬਾਬੇ ਨਾਨਕ ਦਾ ਇਸ ਫਿਲਮ ਨੂੰ ਦੇਵ ਕਰੋੜ ਤੇ ਜੋਗਰਾਜ ਸਿੰਘ ਲੈ ਕੇ ਆ ਰਹੇ ਨੇ, ਜੋ ਤੁਹਾਨੂੰ 30 ਮਈ ਨੂੰ ਰਿਲੀਜ਼ ਹੋਊਗੀ। ਨੂੰ ਇਹਨਾਂ ਚੋਂ ਕਿਸ ਮੂਵੀ ਦੀ ਸਭ ਤੋਂ ਜ਼ਿਆਦਾ ਉਡੀਕ ਆ, ਵੀਡੀਓ ਨੂੰ ਲਾਈਕ ਕਰਕੇ ਕਮੈਂਟ 'ਚ ਜ਼ਰੂਰ ਦੱਸਿਓ। ਸਤਿ ਸ਼੍ਰੀ ਅਕਾਲ ਜੀ, ਮਿਲਦੇ ਹਾਂ ਕਿਸੇ ਨਿਊ ਵੀਡੀਓ 'ਚ।